ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤਲਵਾੜਾ ਈਜ਼ੀ ਸਟੱਡੀ ਚੈਨਲ 'ਚ। ਅੱਜ ਤੁਹਾਡੇ ਵਾਸਤੇ ਮੈਂ ਲੈ ਕੇ ਆਈ ਹਾਂ PSSSB ਨੇ ਜਿਹੜੀ ਵੈਕੈਂਸੀਆਂ ਕੱਢੀਆਂ ਸੀ ਤੁਹਾਡੇ ਕੋਲ, ਠੀਕ ਹੈ, ਕਲਰਕ ਦੀਆਂ, IT ਕਲਰਕ ਦੀਆਂ, ਉਹਨਾਂ ਦੇ ਰਿਲੇਟਡ ਅੱਜ ਇੱਕ ਬਹੁਤ ਵੱਡਾ ਅਪਡੇਟ ਆਇਆ ਹੈ ਜਿਹਦੇ ਵਿੱਚ ਕੀ ਚੀਜ਼ ਬੋਲੀ ਗਈ ਹੈ ਅੱਜ ਮੈਂ ਉਹ ਤੁਹਾਨੂੰ ਦੱਸਦੀ ਹਾਂ, ਤਾਂ ਬਣੇ ਰਹੋ ਵੀਡੀਓ ਦੇ ਐਂਡ ਤੱਕ, ਠੀਕ ਹੈ। ਸਭ ਤੋਂ ਪਹਿਲੇ ਜਿਹੜੇ ਅੱਜ ਇਹਨਾਂ ਨੇ ਇਸ਼ਤਿਹਾਰ ਕੱਢਿਆ ਉਹ ਤੁਹਾਡੇ ਸਾਹਮਣੇ ਮੈਂ ਰੱਖਿਆ ਹੋਇਆ ਹੈ, ਠੀਕ ਹੈ। ਮੈਂ ਤੁਹਾਨੂੰ ਪੜ੍ਹ ਕੇ ਦੱਸਦੀ ਹਾਂ ਉਹਦੇ ਵਿੱਚ ਕੀ ਚੀਜ਼ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ ਅਤੇ ਪੇਪਰ ਦੇ ਰਿਲੇਟਡ ਕੀ ਨਿਊਜ਼ ਆਈ ਹੈ ਨਵੀਂ, ਠੀਕ ਹੈ। ਤਾਂ ਹੁਣ ਦੇਖੋ ਇਹਨਾਂ ਨੇ ਬੋਲਿਆ ਹੋਇਆ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨਵੰਬਰ 17 ਆਫ 2021 ਕਲਰਕ, 18 ਆਫ 2021 ਕਲਰਕ IT ਐਂਡ ਅਤੇ 19 ਆਫ 2021 ਕਲਰਕ ਲੇਖਾ ਰਾਹੀਂ ਪ੍ਰਕਾਸ਼ਿਤ ਅਸਾਮੀਆਂ ਦਾ ਐਪਲੀਕੇਸ਼ਨ ਫੀਸ ਔਨਲਾਈਨ ਭਰਨ ਸਮੇਂ ਬੈਂਕ ਪੇਜ 'ਤੇ ਐਪਲੀਕੇਸ਼ਨ ਨੰਬਰ ਦੇ ਨਾਲ ਜਨਮ ਮਿਤੀ ਭਰੀ ਜਾਣੀ ਹੈ, ਠੀਕ ਹੈ। ਤਾਂ ਹੁਣ ਇਹਨਾਂ ਨੇ ਕੀ ਚੀਜ਼ ਇਹਦੇ ਵਿੱਚ ਬੋਲੀ ਹੋਈ ਹੈ ਕਿ ਅਗਰ ਅਸੀਂ ਜਦ ਫੀਸ ਪੇਮੈਂਟ ਕਰਨੀ ਹੈ, ਠੀਕ ਹੈ, ਫੀਸ ਪੇਮੈਂਟ ਕਰਦੇ ਸਮੇਂ ਕੁਛ ਮੇ ਬੀ ਪ੍ਰੋਬਲਮ ਆ ਰਹੀ ਹੈ ਕੁਛ ਬੱਚਿਆਂ ਨੂੰ ਕਿ ਉਹਨਾਂ ਦੀ ਫੀਸ ਪੇਮੈਂਟ ਸਕਸੈਸਫੁਲ ਨਹੀਂ ਹੋ ਰਹੀ ਹੈ, ਤਾਂ ਉਹਦੇ ਵਿੱਚ ਕੀ ਚੀਜ਼ ਬੋਲੀ ਹੈ ਕਿ ਜਿਹਨਾਂ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਉਹ ਉਸ ਦੇ ਨਾਲ ਕੀ ਚੀਜ਼ ਭਰੂੰਗੇ, ਆਪਣੀ ਡੇਟ ਆਫ ਬਰਥ ਵੀ ਉਹਦੇ ਨਾਲ ਭਰੀ ਜਾਣੀ ਹੈ, ਠੀਕ ਹੈ। ਪਰੰਤੂ ਕੁਝ ਕੇਸਾਂ ਵਿੱਚ ਇਸ ਫੋਰਮੈਟ ਨਾਲ ਫੀਸ ਭਰਨ ਵਿੱਚ ਮੁਸ਼ਕਿਲ ਆਉਣ ਸੰਬੰਧੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸੰਬੰਧੀ ਬੈਂਕ ਅਧਿਕਾਰੀਆਂ ਨਾਲ ਮਾਮਲਾ ਟੇਕਅਪ ਕਰਨ 'ਤੇ ਪਤਾ ਲੱਗਾ ਹੈ ਕਿ ਅਜਿਹਾ ਕੁਝ ਤਕਨੀਕੀ ਕਾਰਨਾਂ ਕਰਕੇ ਹੋ ਰਿਹਾ, ਮਤਲਬ ਜਿਹਨਾਂ ਨੂੰ ਅਗਰ ਇਸ ਤਰ੍ਹਾਂ ਫੀਸ ਪੇਮੈਂਟ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਨੇ ਬੋਲਿਆ ਹੈ ਕਿ ਇਹ ਸਿਰਫ ਟੈਕਨੋਲੋਜੀ ਦੀ ਪ੍ਰੋਬਲਮ ਹੈ, ਠੀਕ ਹੈ, ਟੈਕਨੀਕਲੀ ਕੋਈ ਪ੍ਰੋਬਲਮ ਆ ਰਹੀ ਹੈ। ਨੈਕਸਟ ਚੀਜ਼ ਕੀ ਹੈ, ਇਸ ਲਈ ਜੇਕਰ ਕਿਸੇ ਉਮੀਦਵਾਰ ਨੂੰ ਪਹਿਲਾਂ ਨਿਰਧਾਰਿਤ ਫੋਰਮੈਟ ਨਾਲ ਫੀਸ ਭਰਨ ਕੋਈ ਔਕੜ ਆਉਂਦੀ ਹੈ ਤਾਂ ਉਹ ਆਪਣੀ ਫੀਸ ਫੋਰਮੈਟ ਵਿੱਚ ਭਰ ਕੇ ਫੀਸ ਦੀ ਅਦਾਇਗੀ ਕਰ ਸਕਦੇ ਹਨ, ਠੀਕ ਹੈ। ਤਾਂ ਉਹਨਾਂ ਨੇ ਕੀ ਚੀਜ਼ ਬੋਲੀ ਹੈ ਇੱਥੇ ਕਿ ਅਗਰ ਕਿਸੇ ਨੂੰ ਕੋਈ ਇਸ ਤਰ੍ਹਾਂ ਪ੍ਰੋਬਲਮ ਆਉਂਦੀ ਹੈ ਤਾਂ ਉਹ ਆਪਣੀ ਮਤਲਬ ਡੇਟ ਆਫ ਬਰਥ ਉਹਨਾਂ ਨੇ ਜਿਸ ਤਰ੍ਹਾਂ ਦੱਸੀ ਹੈ ਨਾ ਤੁਹਾਨੂੰ ਕਿ ਤੁਸੀਂ ਇਸ ਤਰ੍ਹਾਂ ਵੀ ਭਰ ਸਕਦੇ ਹੋ, ਠੀਕ ਹੈ, ਜਿੱਦਾਂ ਸਲੈਸ਼ ਪਾ ਦਿਓ ਵਿੱਚ DD ਸਲੈਸ਼ MM ਸਲੈਸ਼ YY ਇਸ ਤਰ੍ਹਾਂ ਆਪਣੇ ਡੇਟ ਆਫ ਬਰਥ ਨੂੰ ਲਿਖੋ, ਠੀਕ ਹੈ। ਪਹਿਲੇ ਉਹਨਾਂ ਨੇ ਕੀ ਚੀਜ਼ ਬੋਲੀ ਸੀਗੀ ਕਿ ਸਿੰਪਲੀ ਵੀ ਲਿਖ ਸਕਦੇ ਹੋ, ਤਾਂ ਅਗਰ ਇਸ ਤਰ੍ਹਾਂ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਤਾਂ ਤੁਸੀਂ ਸਲੈਸ਼ ਪਾ ਕੇ ਵੀ ਆਪਣੀ ਡੇਟ ਆਫ ਬਰਥ ਨੂੰ ਉੱਥੇ ਲਿਖ ਸਕਦੇ ਹੋ, ਤਾਂ ਤੁਹਾਡੀ ਫੀਸ ਪੇਮੈਂਟ ਜਿਹੜੀ ਉਹ ਸਕਸੈਸਫੁਲ ਹੋ ਜਾਏਗੀ, ਠੀਕ ਹੈ। ਇਸ ਤੋਂ ਅੱਗੇ ਕੀ ਚੀਜ਼ ਹੈ ਸਾਡੇ ਕੋਲ, ਜਿਹੜੀ ਦੂਸਰੀ ਨਿਊਜ਼ ਇਹਨਾਂ ਨੇ ਬਹੁਤ ਵੱਡਾ ਅਪਡੇਟ ਜਿਹੜਾ ਹੈ ਦਿੱਤਾ ਹੈ ਉਹ PSSSB ਦਾ ਜਿਹੜਾ ਕਲਰਕ ਦੇ ਐਗਜ਼ਾਮ ਦੀ ਡੇਟ ਬਾਰੇ ਦੱਸਿਆ ਹੈ ਉਹਨਾਂ ਨੇ, ਠੀਕ ਹੈ। ਤਾਂ ਦੇਖੋ ਉਪਰੋਕਤ ਤੋਂ ਇਲਾਵਾ ਇਸ਼ਤਿਹਾਰ ਨੰਬਰ 17 ਆਫ 2021 ਕਲਰਕ ਅਤੇ 18 ਆਫ 2021 ਕਲਰਕ IT 19 ਆਫ 2021 ਕਲਰਕ ਲੇਖਾਂ ਦੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ ਇਸ਼ਤਿਹਾਰਾਂ ਦੀ ਭਰਤੀ ਲਈ ਲਿਖਿਤ ਪ੍ਰੀਖਿਆ ਦਸੰਬਰ 2021 ਦੇ ਪਹਿਲੇ ਜਾਂ ਦੂਜੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਇਸ ਲਈ ਉਮੀਦਵਾਰ ਲਿਖਤੀ ਪ੍ਰੀਖਿਆ ਲਈ ਆਪਣੀ ਤਿਆਰੀ ਜਾਰੀ ਰੱਖ। ਤਾਂ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਜਿਹੜਾ ਤੁਹਾਡੇ ਕੋਲ ਇਹਨਾਂ ਪੇਪਰਾਂ ਦੀ ਐਗਜ਼ਾਮ ਡੇਟ ਹੈ ਉਹਨਾਂ ਨੇ ਐਕਸਪੈਕਟਡ ਦੱਸ ਦਿੱਤੀ ਹੈ ਕਿ ਦਸੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਜਿਹੜਾ ਹੈ ਇਹਦਾ ਐਗਜ਼ਾਮ ਰੱਖ ਦਿੱਤਾ ਗਿਆ ਹੋਵੇਗਾ, ਠੀਕ ਹੈ, ਲੈ ਲਿਆ ਜਾਏਗਾ। ਤਾਂ ਸਾਡੇ ਕੋਲ ਬਹੁਤ ਹੀ ਘੱਟ ਦਿਨ ਬਚ ਗਏ ਹਨ ਹੁਣ ਇਸ ਦੀ ਤਿਆਰੀ ਲਈ, ਤਾਂ ਸਾਨੂੰ ਤਿਆਰੀ ਖਿੱਚ ਦੇਣੀ ਚਾਹੀਦੀ ਹੈ, ਠੀਕ ਹੈ। ਇਹ ਜਿਹੜਾ ਨੋਟਿਸ ਹੈ ਤੁਸੀਂ ਦੇਖ ਸਕਦੇ ਹੋ ਅੱਜ ਹੀ ਆਇਆ ਹੈ, ਸਹੀ ਸਕੱਤਰ ਅਧੀਨ ਸੇਵਾਵਾਂ ਚੋਣ ਬੋਰਡ 10/11/2021। ਹੁਣੇ ਹੁਣੇ ਜਿਹੜਾ ਅਪਡੇਟ ਆਇਆ ਸੀਗਾ ਉਹ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ। ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਨਿਊਜ਼ ਅਪਡੇਟ ਨੂੰ ਦੇਖਣ ਲਈ, ਠੀਕ ਹੈ, ਅਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮੱਚ।